ਲੋ ਜੀ ਸਾਕੀ ਭਾਈ ਲੱਗਦਾ ਕਣਕ ਵੱਢਣ ਡੇ ਆਪਾਂ ਸਾਕੀ ਭਾਈ ਦੇ ਕੋਲ ਜਾਂਦੇ ਪੁੱਛਦੇ ਕੀ ਹਾਲ ਜਾ ਰਹੇ ਆ। ਅਸਲਾਮ ਵਾਲੇਕੁਮ ਸਾਕੀ ਭਾਈ। ਵਾਲੇਕੁਮ ਸਲਾਮ ਸਾਕੀ ਭਾਈ, ਕੀ ਹਾਲ ਚਾਲ ਹੈ? ਠੀਕ ਹੋ? ਠੀਕ ਠਾਕ ਭਾਈ, ਤੁਸੀਂ ਸੁਣਾਓ? ਪਰ ਆਇਆ ਮੂੰਹ ਦੇ ਨੰਬਰ ਵਾਲੇ। ਠੀਕ ਹੈ ਠੀਕ। ਸਾਕੀ ਭਾਈ ਤੁਸੀਂ ਯੂਟਿਊਬਰ ਆ, ਤੁਸੀਂ ਕਿਹੜੇ ਕੰਮ ਪਏ ਹੋ? ਇਹਨੂੰ ਪਤਾ ਅਸੀਂ ਯੂਟਿਊਬਰ ਆ, ਅਸੀਂ ਮਿਹਨਤ ਆ ਯੂਟਿਊਬਰ ਆ। ਅੱਛਾ ਅੱਛਾ। ਅਸੀਂ ਆਪਣੀ ਹੱਕ ਲਾਲ ਦੀ ਕਰਕੇ ਖਾਈ ਦੀ ਆ। ਤੇ ਇਹ ਕਣਕ ਨੂੰ ਕਿੰਨੀ ਕੁ ਦੇਰ ਲੱਗ ਜਾਏਗੀ ਵੱਢਣ ਦੇ? ਵੱਢਣ ਦੇ ਤਕਰੀਬਨ ਪੌਣੇ 3 ਮਹੀਨੇ ਲੱਗ ਹੀ ਜਾਣੇ। ਲੋ ਜੀ ਪੌਣੇ 3 ਮਹੀਨੇ ਤੇ ਜੇ ਪੌਣੇ 3 ਮਹੀਨੇ ਤੇ ਕੱਢਣ ਤੇ ਕੱਟਣ ਤੇ ਲਾ ਦਿੱਤੀ ਤੇ ਕੱਢਣ ਦੇ ਕਿੰਨੇ ਦਿਨ ਲਾਉਣਗੇ? ਇਹ 7ਵੇਂ ਮਹੀਨੇ ਇਨਸ਼ਾਅੱਲਾ ਇਹਨੂੰ ਗਾ ਦੇਣਾ ਵਾ। ਅੱਛਾ ਇਨਸ਼ਾਅੱਲਾ। ਇਹ ਕੀ ਮੁਕੀ ਮੁਕਾਈ ਇਹਨਾਂ ਦੇ ਨਾਲ? ਇਹ ਜੀ ਇੱਕ ਰੋਗ ਵੱਢਣਾ ਇੱਕ। ਅੱਛਾ ਕਿਲੋ ਕਣਕ। ਕਿਲੋ ਕਣਕ ਤੇ ਆਉਣ ਜਾਣ ਦਾ ਕਿਰਾਇਆ ਕੀ ਹਿਸਾਬ ਕਿਤਾਬ? ਅਸੀਂ ਜਿੱਥੋਂ ਆਈ ਦਾ 250 ਰੁਪਏ ਦਾ ਕਿਰਾਇਆ ਲੱਗ ਜਾਂਦਾ ਸਾਡਾ, ਪਰ ਸਾਡਾ ਸ਼ੌਕ ਆ। ਅੱਛਾ ਇਹ ਵੱਢ ਕੇ ਖਾਣੀ। ਅੱਛਾ ਤੇ ਰੋਜ਼ਾ ਰੱਖਿਆ ਮਾਸ਼ਾਅੱਲਾ ਆਪਾਂ? ਵਧੀਆ ਵੇਖ ਲਾ, ਤੇ ਸਾਨੂੰ ਰੋਜ਼ਾ ਵੀ ਰੱਖਿਆ ਹੀ ਉਹ, ਹੁਣ ਇੱਕ ਢੇਰੀਆ ਵੱਢ ਲਈ ਜਾਵੇ। ਅੱਛਾ ਇੱਕ ਢੇਰੀ ਵੱਢ ਲਈ ਆ, ਇਹ ਹੁਣ ਘੰਟਾ ਘਰ ਰੈਸਟ ਕਰਨ ਜਾਣੀ ਹੈ, ਤੇ ਰੈਸਟ ਕਰਕੇ ਆ ਕੇ ਫੇਰ ਦੁਬਾਰਾ ਇੱਕ ਢੇਰੀ ਵੱਜਣੀ। ਇੱਕ ਢੇਰੀ ਇੱਕ ਰੈਸਟ, ਇੱਕ ਢੇਰੀ ਇੱਕ ਰੈਸਟ, ਇੱਕ ਰੈਸਟ ਇੱਦਾਂ, ਤਾਂ ਕਰਕੇ ਇੰਨੀ ਦੇਰ ਲੱਗਣੀ ਆ। ਉੱਦਾਂ ਤੇ 10-15 ਮਿੰਟਾਂ ਦੀ ਮਾਰ ਆ ਸਾਰੀ। ਅੱਛਾ ਆ ਵੇਖ ਲਾ, ਆ ਪਿਛਲਾ ਜਿਹੜਾ ਆ ਜਿਹੜੀ ਪੈਲੀ ਵੱਡੀ ਆ, ਹਾਂਜੀ ਇਹ ਤਕਰੀਬਨ ਕੋਈ ਆਪਣਾ ਮੇਰਾ ਮਤਲਬ 1.5 ਮਹੀਨੇ 'ਚ ਵੱਡੀ ਆ। ਠੀਕ ਹੋ ਗਿਆ, ਆ ਸਾਰੀ ਹੁਣ ਆਪਾਂ ਵੱਢਣੀ ਆ। ਅਤੇ ਬਾਕੀ ਇਨਸ਼ਾਅੱਲਾ ਹੁਣ ਮੇਰੀ ਸਲਾਹ ਰੈਸਟ ਕਰਾਵਾਂ, ਅਤੇ ਫਿਰ ਆ ਹੁਣ ਸਾਰੀ ਵੱਢੀ ਆ, ਸਵੇਰ ਦੇ ਆਏ 6 ਵਜੇ ਦੇ। ਅੱਛਾ ਆ ਵੱਢੀ ਆ ਹੁਣ, ਅਤੇ ਇਹ ਵੀ ਜਿਹੜਾ ਰੈਸਟ ਕਰਕੇ ਆ ਗਏ, ਰੋਜ਼ਾ ਰੱਖਿਆ ਵਾ ਸਾਰੀ ਆ ਸਵੇਰ ਦੀ ਆ। ਇੰਨੀ ਕੁ ਸਾਰੀ ਸਵੇਰ ਦੀ ਵੱਢੀ ਹੈ? ਆਹੋ ਇਹ ਸਾਰਿਆਂ ਨੇ ਤੁਹਾਨੂੰ ਪਤਾ 20 ਬੰਦੇ ਤਾਂ ਵੱਢਣ ਡੇ, ਤਾਂ 20 ਢੇਰੀਆਂ ਸਾਰੀਆਂ। ਕੀ ਮੁੱਕੀ ਮੁਕਾਈ ਹੈ ਕਣਕ ਦੀ? ਮੁੱਕੀ ਮੁਕਾਈ ਤੁਹਾਨੂੰ ਦੱਸਿਆ ਤਾਂ ਹੈਗਾ ਵਾ। ਅੱਛਾ ਕਿਲੋ ਇੱਕ ਰੁਕ ਦਾ ਤੇ ਕਿਲੋ ਆ ਕਿਹੜੀ ਢੇਰੀ ਜੀ ਨਾ, ਹਾਂਜੀ ਕਿਲੋ ਮਿਲਣਾ ਸਾਨੂੰ ਸਹੀ, ਤੇ ਪੈਸੇ ਪੂਸੇ ਕੋਈ ਨਹੀਂ? ਭਾਵੇਂ ਇਹਦੇ ਵੀ 14 ਕਿਲੋ ਨਿਕਲੇ ਸਾਨੂੰ ਕਿਲੋ ਹੀ ਮਿਲਣਾ। ਕਿਲੋ ਮਿਲਣਾ, ਠੀਕ ਹੋ ਗਿਆ। ਤੇ ਪੈਸੇ ਪੂਸੇ ਕੋਈ ਨਹੀਂ? ਖਰਾਬ ਹੋ ਗਏ ਕਣਕ ਨੀ ਖਰਾਬ ਹੁੰਦੀ ਚੌਰੀ? ਅੱਛਾ ਆਈ ਬਾਤ ਜਦੋਂ ਹੱਥ ਲਾ ਦੇਣਾ ਕਣਕ ਇਹ ਬੰਨ। ਅੱਛਾ ਹੋਰ ਸੁਣਾਓ ਤੁਸੀਂ ਕਿੱਦਾਂ ਸਿਹਤ? ਠੀਕ ਠਾਕ ਆ, ਤੇ ਇਨਸ਼ਾਅੱਲਾ ਨਾ। ਦੂਜਾ ਸਾਕੀ ਭਾਈ ਕਿੱਥੇ? ਛੋਟੇ ਆਪਣੀ ਆਡੀਅੰਸ ਨੂੰ ਵਿਖਾ ਲੈਣੇ ਆ ਆਪਣਾ ਜਿਹੜਾ ਨਾ ਹੋਰ ਕੋਈ ਵਿਊ ਉਧਰ ਅੱਗੇ ਜਾ ਕੇ। ਠੀਕ ਹੋ ਲੋ ਜੀ, ਸਾਕੀ ਭਾਈ ਕਹਿ ਰਹੇ ਅੱਗੇ ਜਾ ਕੇ ਵਿਖਾਉਣੇ ਹੁਣ ਤੁਹਾਨੂੰ। ਹਾਂਜੀ ਆਹ ਵੇਖੋ, ਆਹ ਵੀ ਸਾਰੀ ਸਾਕੀ ਭਾਈ ਨੇ ਵੱਢਣੀ ਹੈ, ਆਹ ਵੱਢ ਦਿੱਤੀ ਹੋਈ ਹੈ। ਠੀਕ ਆ, ਇੱਕ ਉਹ ਅੱਗੇ ਆ, ਉਹ ਵੀ ਸਾਕੀ ਭਾਈ ਉਹਨਾਂ ਨੇ ਵੱਢ ਦੇਣੀ ਹੈ। ਉਹ ਨਜ਼ਰ ਆ ਰਹੀ ਵਿੱਚ ਆਹ ਦਰਖਤਾਂ ਦੇ ਵਿੱਚ, ਆਹ ਵੇਖੋ ਆਹ ਸਾਕੀ ਭਾਈ ਉਹਨਾਂ ਨੇ ਵੱਢਣੀ ਕਣਕ। ਠੀਕ ਹੈ, ਅੱਲਾ ਪਾਕ ਖਿਆਲ ਕਰੇ, ਦੁਆ ਕਰੋ ਭਰਾਵਾਂ ਸਾਰਿਆਂ ਨੇ ਦੁਆ ਕਰਨੀ ਹੈ। ਠੀਕ ਹੈ, ਬਾਕੀ ਸਾਕੀ ਭਾਈ ਹੁਣ ਚੱਲੀਏ, ਮੇਰਾ ਖਿਆਲ ਬਣਦਾ ਚੱਲੀਏ ਉੱਥੇ ਅੱਗੇ ਜਾ ਕੇ ਹੋਣੇ ਆ ਸਾਰੇ ਪੌਦੇ ਪੂਦੇ। ਹਾਂਜੀ ਆਹੋ ਆਇਓ ਬਾਈ। ਹਾਂ ਹਾਂਜੀ ਹਾਂਜੀ ਸਾਰੇ ਤੇਰੀ ਬੜੀ ਸਪੀਡ ਆ ਯਾਰ, ਸ਼ੁਰੂ ਹੋਣ ਲੱਗਾ ਫਿਰ ਭਰਾਵਾ ਤੇਰੇ ਸਾਹਮਣੇ। ਮੈਂ ਭਾਈ ਮੈਂ ਅੱਗੇ ਡੇਰ ਵੱਢੀ, ਮੈਨੂੰ ਤਾਂ ਸਾਹ ਚੜ ਗਿਆ ਭਾਈ ਅੱਗੇ। ਭਾਈ ਗਰਮੀ ਬੜੀ ਆ ਹੁਣ ਤੈਨੂੰ ਪਤਾ, ਇੱਥੇ ਲੈਣ ਦੇ ਵਿੱਚ ਲੱਗੇ ਨਾਲੋਂ ਇੱਥੇ ਵਾਰਾ ਵਾ। ਤੇ ਆਪਣੇ ਹੁਣ ਮਾਸ਼ਾਅੱਲਾ ਕਿੰਨੇ ਕੁ ਕਿਲੋ ਹੋ ਗਈ ਹੋਣੀ ਆ? 4 ਤੂੰ ਵੱਢ ਲਈ ਆ ਤੇ 1.5 ਮੈਂ ਵੱਢ ਲਈ ਆ, ਤੇ 5 ਕਿਲੋ ਹੋ ਗਈ ਆ। 5.5 ਕਿਲੋ ਕਣਕ ਅਸੀਂ ਬਣਾ ਲਈ ਆ ਭਾਈ ਹੁਣ ਤੀਕਰ, ਸਵੇਰੇ 6 ਵਜੇ ਦੇ ਆਏ ਆ, ਹੁਣ ਤੀਕਰ 5.5 ਕਿਲੋ ਕਣਕ ਅਸੀਂ ਕਰ ਲਈ ਆ। ਏਦਾਂ ਹੀ ਆ ਤੇ ਮਾਸ਼ਾਅੱਲਾ। ਕਿੰਨਾ ਕੁ ਮਹੀਨਾ ਪ੍ਰੋਸੀਜਰ ਹੈ ਸਾਡਾ? 3 ਕੁ ਮਹੀਨੇ ਦੇ ਵਿੱਚ ਅਸੀਂ ਆ ਸਾਰੀਆਂ ਵੱਢਣੀ ਆ, ਤੇ ਉਸ ਤੋਂ ਬਾਅਦ 7ਵੇਂ ਮਹੀਨੇ ਜਾ ਕੇ ਅਸੀਂ ਇਹਨੂੰ ਗਾਉਣਾ ਵਾ। ਗੱਲ ਕਰ ਲੈਂਦੇ ਜਿਨ੍ਹਾਂ ਦੀਆਂ ਪੈਲੀਆਂ ਵੱਢ ਰਹੇ ਨੇ ਸਾਕੀ ਭਾਈ। ਲੋ ਜੀ ਸਾਕੀ ਭਾਈ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਦੇ ਬਾਰੇ?
ਮੈਂ ਕਿ ਭਾਈ ਹੋਣਾ ਦਾ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਸਾਨੂੰ ਕਣਕ ਦਿੱਤੀ ਵੱਢਣ ਵਾਸਤੇ ਭਾਈ ਅਤੇ ਮਿਹਰਬਾਨੀ ਭਾਈ ਆਪਣਾ ਸਾਡੇ ਨਾਲ ਤੁਸੀਂ ਬੜਾ ਤਾਵਨ ਕੀਤਾ ਵਾ ਅਤੇ ਆਪਣਾ ਵੱਢ ਕੇ ਵਹਾ ਯਾਰ ਤੁਸੀਂ ਤੇਰੇ ਕੋਲ ਵੱਢੀ ਜਾਂਦੀ ਕਿ ਨਹੀਂ ਦਿੱਲੀ ਸਾਈਡ ਤੋਂ ਵੱਢਣੀ ਉਹ ਵੱਢ ਤੂੰ ਇੱਧਰੋਂ ਹੀ ਰੁੱਖ ਉੱਤਰੋਂ ਆ ਰੁੱਖ ਉੱਤਰੋਂ ਕਣਕ ਦਾ ਰਾਹ ਵੱਢ ਤੂੰ ਇੱਥੋਂ ਹੀ ਭਾਈ ਸਾਰੀ ਜਦੋਂ ਵੱਢਣੀ ਸਾਰੀ ਤਾਂ ਇੱਥੋਂ ਗਈ ਤੂੰ ਉੱਥੋਂ ਗਈ ਮੈਂ ਧਿਆਨ ਨਾ ਹੱਥ ਨਾ ਮਰਵਾ ਲਵੀ ਹੈਲੋ ਯਾਰ ਛੋਟੇ ਸਾਕੀ ਭਾਈ ਦੀ ਸਪੀਡ ਹੀ ਬਹੁਤ ਆ ਜੀ ਹਾਂ ਅਲੀ ਹਾਂਜੀ ਹਾਂਜੀ ਸੌਰੀ ਤੇਰੀ ਬਹੁਤੀ ਸਪੀਡ ਆ ਮੇਰੇ ਨਾਲੋਂ ਤੇ ਤੂੰ ਆਪਣੀ ਘੰਟਾ ਰੈਸਟ ਕਰ ਆਇਆ ਅੱਗੇ ਕਰ ਆਇਆ ਜੀ ਕਰ ਆਇਆ ਤਾਂ ਹੀ ਵੱਢਣ ਡਿਆ ਮੈਂ ਹੁਣ ਮੈਂ ਆਪਣਾ ਘੰਟਾ ਪੂਰਾ ਕਰਕੇ ਫੇਰ ਹੀ ਬਹੂੰਗਾ ਹੈ ਸੌਰੀ ਇਹ ਤਾਂ ਬੜੀ ਸਪੀਡ ਆ ਯਾਰ ਆਪਣਾ ਸਵਾ ਸਾਲ ਲੱਗ ਹੀ ਜਾਣਾ ਵਾ ਸਵਾ ਕੁ ਸਾਲ ਦੇ ਵਿੱਚ ਸਾਡਾ ਪ੍ਰੋਸੀਜਰ ਸ਼ੁਰੂ ਆਪਣਾ ਖਤਮ ਸਵਾ ਸਾਲ ਲੱਗ ਗਿਆ ਨਾ ਹਕੂਮਤ ਨੂੰ ਆਪਾਂ ਹੀ ਵੜ ਕੇ ਦੇਣੀ ਯਾਰ ਕੀ ਹਕੂਮਤ ਨੂੰ ਅਸੀਂ ਤੈਨੂੰ ਪਤਾ ਆਪਾਂ ਸਕੂਨ ਤਾਂ ਮੱਲਾਂ ਵੱਢੀ ਦੀ ਆ ਜ਼ਿੰਮੀਦਾਰ ਨੁਕਸਾਨ ਨਹੀਂ ਕਰੀਦਾ ਹਾਂਜੀ ਅਤੇ ਹੋਰ ਸੁਣਾ ਫਿਰ ਠੀਕ ਠਾਕ ਹੈ ਲਓ ਜੀ ਆਹ ਵੇਖੋ ਵਾਮ ਸਾਰੀ ਆਪਣਾ ਕਣਕ ਕੁਣਕ ਵੱਢਣ ਡਈ ਆ ਵੇਖੋ ਆਹ ਗੋਭੀ ਲੱਗੀ ਹੈ ਇਹ ਸਾਰੀ ਵਾਮ ਕਣਕ ਵੱਢਣ ਡਈ ਆ ਆਹ ਡੇਰਾ ਵਾ ਅਤੇ ਆਪਣਾ ਕਣਕ ਕੁਣਕ ਵੱਢਣ ਦੇ ਗਰਮੀ ਪਏ ਭਾਅ ਭਾਈ ਬੜੀ ਹਿੰਮਤ ਆ ਭਾਈ ਵੱਢਣ ਡੇ ਆ ਨਹੀਂ ਤਾਂ ਤੈਨੂੰ ਪਤਾ ਹੀ ਆ ਆਹ ਵੇ ਆਹ ਗੋਭੀ ਸੜ ਗਈ ਹੋਰੇ ਆਹ ਗੋਭੀ ਸੜ ਗਈ ਇਹਨਾਂ ਦੀ ਨਾ ਗੋਭੀ ਸੜ ਕਿਉਂ ਜਾਂਦੀ ਆ ਆਹ ਆਹ ਜੀ ਇਹ ਲੈਂਡ ਕਰੋ ਤੋਂ ਖਲੋਤੀ ਆ ਇੰਜਣੇ ਦਾ ਕੱਢ ਕੇ ਅੰਦਰ ਖਿਲਾ ਰਿਹਾ ਮਾਸ਼ਾਲਾ ਡੇਰਾ ਡੂਰਾ ਵਾ ਬਾਬਾ ਵੇਖਣ ਡਿਆ ਕਿਤੇ ਲਿੱਤਰ ਹੀ ਨਾ